बेसिकली ਅਸੀਂ ਇਸ ਗੀਤ ਦੇ ਵਿੱਚ ਜਿਹੜਾ ਹੈ ਨਾ ਉਹ ਥੋੜਾ ਹਸਬੰਡ ਵਾਈਫ ਦੀ ਨੋਕ ਚੌਂਕ ਫੈਮਿਲੀ ਡਰਾਮਾ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਆਪਣੀ ਜਸਟ ਫਨ ਇੰਜੋਇਮੈਂਟ ਵਾਸਤੇ ਜੇ ਆਪਾਂ ਦਾਰੂ ਨੂੰ ਯੂਜ਼ ਕਰਦੇ ਵੀ ਹਾਂ ਤਾਂ ਉਹ ਉਸ ਲੈਵਲ ਤੱਕ ਨਹੀਂ ਜਾਣਾ ਚਾਹੀਦਾ ਕਿ ਆਪਣੀ ਵਾਈਫ ਜਾਂ ਆਪਣਾ ਪਰਿਵਾਰ ਜਿਹੜਾ ਉਹ ਇਨਸਿਕਿਉਰ ਫੀਲ ਕਰਨ ਲੱਗ ਪਵੇ। ਸੋ ਇਸ ਗੀਤ ਦੇ ਵਿੱਚ ਅਸੀਂ ਹਲਕਾ ਫੁਲਕਾ ਜਿਹਾ ਸਾਰਾ ਕੁਛ ਦੱਸਣ ਦੀ ਕੋਸ਼ਿਸ਼ ਕੀਤੀ ਆ ਔਰ ਇਸ ਨੂੰ ਇੰਜੋਏ ਕਰੋ, ਪਸੰਦ ਆਵੇ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ, ਧੰਨਵਾਦ। ਸਭ ਤੋਂ ਪਹਿਲਾਂ ਜੀ ਤੁਹਾਡਾ ਸਾਰਿਆਂ ਦਾ ਵੈਲਕਮ ਕਰਦਾ ਮੈਂ ਇੱਥੇ ਆਉਣ 'ਤੇ। ਮੈਂ ਪੁਰੀ ਸਾਹਿਬ ਸਿੰਗਰ, ਅੱਜ ਅਸੀਂ ਆਪਣਾ ਗਾਣਾ ਲਿਵਰ ਵਰਸਿਸ ਹਾਰਟ ਜਿਹੜਾ ਉਹ ਰਿਲੀਜ਼ ਕੀਤਾ ਜੀ, ਜੋ ਕਿ ਯੂਟਿਊਬ ਦੇ ਉੱਤੇ ਅਵੇਲੇਬਲ ਆ, ਬਾਕੀ ਸਾਰੇ ਆਡੀਓ ਪਲੇਟਫਾਰਮ 'ਤੇ ਵੀ ਚੱਲ ਰਿਹਾ। ਇਹਦਾ ਜਿਹੜਾ ਲਿਰਿਕਸ ਲਿਖੇ ਨੇ ਹੈਰੀ ਕਾਹਲੋ ਜੀ ਨੇ, ਇਹਦਾ ਮਿਊਜ਼ਿਕ ਦਿੱਤਾ ਟਰਬਨ ਬੀਟ ਚੰਡੀਗੜ੍ਹ ਤੋਂ ਨੇ, ਅਤੇ ਫੀਮੇਲ ਲੀਡ ਇਹਦੇ ਵਿੱਚ ਨਿਭਾਇਆ ਜੀ ਅੰਜਲੀ ਖੁਰਾਨਾ ਜੀ ਨੇ, ਅਤੇ ਇਹਦਾ ਜਿਹੜਾ ਵੀਡੀਓ ਆ ਉਹ ਬਣਾਇਆ ਮੁਨੀਸ਼ ਸ਼ਰਮਾ ਜੀ ਨੇ, ਜੋ ਮੇਰੇ ਨਾਲ ਇਸ ਵੇਲੇ ਹਾਜ਼ਰ ਨੇ ਇੱਥੇ। ਤੋ ਗਾਣੇ ਬਾਰੇ ਜੇ ਮੈਂ ਬਰੀਫ ਦੇ ਵਿੱਚ ਤੁਹਾਨੂੰ ਦੱਸਾਂ ਤਾਂ ਹਸਬੈਂਡ ਵਾਈਫ ਦੀ ਇੱਕ ਝੜਪ ਜਿਹੜੀ ਆਮ ਜੀ ਹਰ ਘਰ ਦੇ ਵਿੱਚ ਹੁੰਦੀ ਆ ਕਿ ਹਸਬੈਂਡ ਨੂੰ ਥੋੜ੍ਹਾ ਪੈਗ ਸ਼ੈਗ ਦਾ ਕਰੇਜ਼ ਹੁੰਦਾ ਆ ਅਤੇ ਵਾਈਫ ਕਹਿੰਦੀ ਆ ਵੀ ਪੈਗ ਨਹੀਂ ਲਾਉਣਾ। ਸੋ ਹਸਬੈਂਡ ਇਸ ਗੀਤ ਦੇ ਵਿੱਚ ਉਹਨੂੰ ਦੱਸ ਰਿਹਾ ਵੀ ਲੀਵਰ ਜਿਹੜਾ ਆ ਉਹ ਦਾਰੂ ਦੀ ਡਿਮਾਂਡ ਕਰਦਾ ਅਤੇ ਦਿਲ ਜਿਹੜਾ ਉਹ ਵਾਈਫ ਦੀ ਡਿਮਾਂਡ ਕਰਦਾ, ਅਤੇ ਐਂਡ ਦੇ ਵਿੱਚ ਲਿਵਰ ਜਿੱਤਦਾ ਕਿ ਹਾਰਟ ਜਿੱਤਦਾ, ਇਹ ਤੁਸੀਂ ਸੌਂਗ ਜਦੋਂ ਦੇਖੋਗੇ ਤਾਂ ਤੁਹਾਨੂੰ ਸਾਰੀ ਗੱਲ ਕਲੀਅਰ ਹੋਏਗੀ। ਸੋ ਪਲੀਜ਼ ਇਹ ਸੌਂਗ ਦੇਖੋ, ਜੇ ਪਸੰਦ ਆਵੇ ਤਾਂ ਲਾਈਕ ਅਤੇ ਸ਼ੇਅਰ ਕਰੋ। ਬਾਕੀ ਵੀਡੀਓ ਬਾਰੇ ਸਾਡੇ ਵੀਡੀਓ ਡਾਇਰੈਕਟਰ ਜੀ ਇੱਥੇ ਹਾਜ਼ਰ ਨੇ, ਉਹ ਤੁਹਾਨੂੰ ਦੱਸਣਗੇ ਵੀ ਕਿੱਦਾਂ ਅਸੀਂ ਵੀਡੀਓ ਇਹ ਸ਼ੂਟ ਕੀਤਾ, ਕਿਹੜੀ ਕਿਹੜੀ ਲੋਕੇਸ਼ਨ ਦੇ ਉੱਤੇ ਇਹ ਸ਼ੂਟ ਹੋਇਆ। ਹਾਂਜੀ ਸਾਰਿਆਂ ਨੂੰ ਨਮਸਤੇ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਇਹ ਵੀਡੀਓ ਜਿਹੜਾ ਅਸੀਂ ਜਲੰਧਰ ਸ਼ੂਟ ਕੀਤਾ ਅਤੇ ਇਹਦਾ ਕੋਨਸੈਪਟ ਬੜਾ, ਅਸੀਂ ਇੱਕ ਫੈਮਿਲੀ ਡਰਾਮਾ ਹੀ ਰੱਖਿਆ, ਇੱਕ ਹਸਬੈਂਡ ਵਾਈਫ ਦੀ ਸਟੋਰੀ ਦਿਖਾਈ ਹੈ ਛੋਟੀ ਜੀ, ਜਿਹਦੇ ਵਿੱਚ ਇੱਕ ਹਰ ਘਰ ਦੇ ਵਿੱਚ ਇੱਕ ਸੇਮ ਤਰ੍ਹਾਂ ਦਾ ਹੁੰਦਾ ਕਿ ਹਸਬੈਂਡ ਥੋੜ੍ਹਾ ਬਹੁਤ ਅਤੇ ਬਾਹਰ ਜਾ ਕੇ ਉਹ ਇੱਦਾਂ ਦਾ ਚਾਹੁੰਦੇ ਕਿ ਪਾਰਟੀ ਕਰਨ, ਆਪਣੇ ਯਾਰਾਂ ਦੋਸਤਾਂ ਨਾਲ ਘੁੰਮਣ ਫਿਰਨ ਔਰ ਇੰਜੋਏ ਕਰਨ। ਉਹ ਇੱਕ ਛੋਟਾ ਜਿਹਾ ਇੱਕ ਕੋਨਸੈਪਟ ਹੈ ਕਿ ਉਹਨਾਂ ਦੀ ਵਾਈਫ ਜਿਹੜੀ ਆ ਜਾਂਦੀ ਹੈ ਬਾਹਰ ਕਿਤੇ, ਉਹ ਘਰ ਹੀ ਆਪਣੇ ਪਾਰਟੀ ਅਰੇਂਜ ਕਰ ਲੈਂਦੇ ਆ ਅਤੇ ਗਲਤੀ ਨਾਲ ਉਹਨਾਂ ਦੀ ਵਾਈਫ ਦੀ ਫਲਾਈਟ ਕੈਂਸਲ ਹੋ ਜਾਂਦੀ ਹੈ, ਉਹ ਮੌਕੇ 'ਤੇ ਪਹੁੰਚ ਜਾਂਦੇ ਆ ਅਤੇ ਉਸੇ 'ਤੇ ਅਸੀਂ ਇਸ ਛੋਟੀ ਜਿਹੀ ਕੋਨਸੈਪਟ ਦੇ ਉੱਤੇ ਪੂਰੇ ਵੀਡੀਓ ਦਾ ਕੋਨਸੈਪਟ ਨੂੰ ਬਣਾਇਆ ਗਿਆ ਔਰ ਜਿਹੜੇ ਮਿਊਜ਼ਿਕ ਹੈ, ਲਿਰਿਕਸ ਹੈ, ਉਹਨੂੰ ਪੂਰੇ ਨਿਭਾਉਂਦੇ ਹੋਏ ਪੂਰਾ ਵੀਡੀਓ ਆ। ਦੋਨਾਂ ਆਰਟਿਸਟਾਂ ਨੇ ਬਹੁਤ ਵਧੀਆ ਕੰਮ ਕੀਤਾ, ਲੀਡ ਜਿਹੜਾ ਹੈ ਪੁਰੀ ਸਾਹਿਬ ਨੇ ਆਪ ਹੀ ਵਿੱਚ ਕੀਤਾ ਹੈ, ਜਿਹੜੀ ਫੀਮੇਲ ਐਕਟਰ ਹੈਗੇ ਉਹ ਆਲਰੇਡੀ ਕਾਫੀ ਕੰਮ ਕਰ ਚੁੱਕੇ ਆ, ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਅਤੇ ਯੂਟਿਊਬ 'ਤੇ ਬਾਕੀ ਡਿਜੀਟਲ ਪਲੈਟਫਾਰਮ ਜਿੰਨੇ ਵੀ ਹੈਗੇ ਆ ਆਡੀਓ ਦੇ ਔਰ ਵੀਡੀਓ MX ਪਲੇਅਰ ਦੇ ਉੱਤੇ ਵੀ ਬਹੁਤ ਜਲਦੀ MX ਪਲੇਅਰ 'ਤੇ ਵੀ ਆ ਜਾਏਗਾ, ਯੂਟਿਊਬ ਦੇ ਉੱਤੇ ਹੈਗਾ ਆ ਅਤੇ ਫਿਰ ਉਸ ਤੋਂ ਬਾਅਦ 9X ਸਟੇਸ਼ਨ ਔਰ ਪਿਟਾਰਾ ਦੇ ਉੱਤੇ ਵੀ ਵੀਡੀਓ ਜਿਹੜਾ ਹੈ ਸ਼ਾਇਦ ਸੰਡੇ ਤੱਕ ਤੋਂ ਵੀ ਸੰਡੇ ਤੋਂ ਪਲੇਅ ਹੋ ਜਾਏਗਾ। ਪਹਿਲਾਂ ਤਾਂ ਆਏ ਹੋਏ ਸਾਰੇ ਪੱਤਰਕਾਰਾਂ ਦਾ, ਦੋਸਤਾਂ ਮਿੱਤਰਾਂ ਦਾ, ਮੇਰੇ ਸਾਰੇ ਦੋਸਤ ਜਿੰਨੇ ਮੇਰੇ ਕਲੀਕ ਨੇ ਸਾਰਿਆਂ ਦਾ ਧੰਨਵਾਦ ਇੱਥੇ ਆਉਂਦਾ। ਇਹ ਗਾਣਾ ਪੁਰੀ ਸਾਹਿਬ ਨੇ, ਕਿਉਂਕਿ ਇੱਕ ਆਮ ਲਾਈਫ ਹੈ, ਹਰੇਕ ਦੇ ਲਾਈਫ ਵਿੱਚ ਇਹ ਵਾਪਰਦਾ ਹੀ ਹੈ, ਚਾਹੇ ਮੇਰੀ ਹੋਵੇ ਜਾਂ ਹਰੇਕ ਬੰਦੇ ਦੀ ਲਾਈਫ 'ਚ ਹੈਗਾ, ਕਿਉਂਕਿ ਵਾਈਫ 'ਤੇ ਟੈਨਸ਼ਨ ਤਾਂ ਸਾਰਿਆਂ ਨੂੰ ਹੁੰਦੀ ਆ, ਘਰੋਂ ਗਈ ਅਤੇ ਸਮਝਦਾ ਵੀ ਥੋੜ੍ਹੀ ਜਿਹੀ ਫਰੀਡਮ ਚਾਹੀਦੀ ਆ, ਜਦੋਂ ਉੱਥੋਂ ਫੜੇ ਗਏ ਤਾਂ ਫਿਰ ਸਮਝੋ ਸਾਰਾ ਕੁਝ ਕੰਮ ਖਰਾਬ ਹੀ ਹੈ ਫਿਰ ਤਾਂ। ਅਤੇ ਪੁਰੀ ਸਾਹਿਬ ਨੇ ਬਹੁਤ ਵਧੀਆ ਨਵਾਇਆ ਇਸ ਗੀਤ ਨੂੰ ਔਰ ਬਹੁਤ ਹੀ, ਤੁਸੀਂ ਸਾਰੇ ਆਪਣੇ ਬੱਚਿਆਂ ਨੂੰ ਦਿਖਾਉਣਾ ਗੀਤ, ਬਹੁਤ ਹੀ ਵਧੀਆ ਗੀਤ ਹੈ, ਉਹਨੇ ਇਹਨੂੰ ਇੰਜੋਏ ਕਰਨਾ ਔਰ ਸਬਸਕ੍ਰਾਈਬ ਜ਼ਰੂਰ ਕਰਨਾ ਇਹਨੂੰ। ਪੰਜਾਬੀ ਸੱਭਿਆਚਾਰ ਦੀ ਝੋਲੀ ਦੇ ਵਿੱਚ ਪਹਿਲਾਂ ਵੀ ਵੱਖ ਵੱਖ ਸੱਭਿਆਚਾਰਕ ਵੰਨਗੀਆਂ ਪਾ ਚੁੱਕੇ ਬਹੁਤ ਹੀ ਸੁਰੀਲੇ ਵੰਜਲੀ ਦੀ ਹੂਕ ਵਰਗੇ ਗਾਇਕ ਪੁਰੀ ਸਾਹਿਬ, ਉਹ ਇੱਕ ਨਵਾਂ ਗੀਤ ਲੈ ਕੇ ਹਾਜ਼ਰ ਹੋਏ ਨੇ ਤੁਹਾਡੀ ਸਾਰਿਆਂ ਦੀ ਕਚਹਿਰੀ ਦੇ ਵਿੱਚ। ਇਹਨਾਂ ਦੇ ਪਹਿਲੇ ਗੀਤਾਂ ਵਾਂਗੂ ਇਹਦੇ ਵਿੱਚ ਵੀ ਘਰ ਪਰਿਵਾਰ ਦੀ ਕਹਾਣੀ ਆ, ਬਹੁਤ ਹੀ ਰੋਮਾਂਟਿਕ ਮਾਹੌਲ ਦਾ ਗੀਤ ਆ ਔਰ ਇਹਦੇ ਵਿੱਚ ਸੇਧ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਆ, ਬਹੁਤ ਅੱਛੇ ਲਫ਼ਜ਼ ਨੇ, ਬਹੁਤ ਸੁਰੀਲਾ ਸੁਰੀਲੀ ਗਾਇਕੀ ਆ ਅਤੇ ਮਿਊਜ਼ਿਕ ਵੀ ਬਹੁਤ ਪਿਆਰਾ। ਤੋ ਇਹਦੀ ਜਿਹੜੀ ਵੀਡੀਓ ਹੈਗੀ ਵੱਖ ਵੱਖ ਸੋਹਣੇ ਥਾਵਾਂ 'ਤੇ ਲੋਕੇਸ਼ਨਾਂ 'ਤੇ ਕੀਤੀ ਗਈ ਆ ਅਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਜਿਹੜੇ ਗੀਤ ਜਿਨ੍ਹਾਂ 'ਚ ਕੁਛ ਸੁਨੇਹਾ ਹੋਵੇ, ਕਹਾਣੀਆਂ ਛੁਪੀਆਂ ਹੋਣ, ਉਹਨਾਂ ਨੂੰ ਅੱਜ ਕੱਲ੍ਹ ਦੇ ਮਾਹੌਲ ਦੇ ਵਿੱਚ ਜ਼ਰੂਰ
योग थां दिती जावे ता कि जिहड़ा अजकल बोल वराला जिहड़ा चल रहा होर टाइप दे जिहड़ी म्यूजिक चल रहा उन्हां नूं थोड़ा जिहा ठल पाई जावे ते अच्छे गीत जिहड़े आ उन्हां नूं सुणिया जावे। पुरी साहब ने पहला भी बहुत सारे ट्रैक जिहड़े आ चाहे वह रिलीजियस होण पंजाबी सभ्याचार नाल संबंधित होण चाहे वह ड्यूट होण पिछे जे इन्हां दा गुरलेज अख्तर जी दे नाल कमाइयां गीत भी बहुत प्यारा गीत सीगा बहुत हिट होया मकबूल होया। ये जिन्ने अच्छे सुरीले गायक ने उन्ने ही ये रूह दे हाणी ने बहुत परपक्क गायकी है बड़ा कुछ सीख के अगे आए ने तो सानू बहुत उम्मीदा ने इस साडे प्यारे वीर तो इन्हां लई शुभ इशावां दुआवां सलामां।